ਸਰਟੀਫਿਕੇਟ ਜਨਮ ਸਰਟੀਫਿਕੇਟ ਆ ਜਿੰਨੇ ਤੇ ਲੋਕ ਖੜੇ ਆ ਇਹਨਾਂ ਦਾ ਰਿਸ਼ਵਤ ਲੈ ਕੇ ਕੰਮ ਕੀਤਾ ਜਾਂਦਾ ਔਰ ਡਾਕਟਰ ਆਈ ਟੀ ਕੰਪਨੀ ਜਿਹੜੀ ਕਿ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਖੇਤਾ ਪ੍ਰਾਈਵੇਟ ਕੰਪਨੀ ਹੈ ਕਿਵੇਂ ਲੋਕਾਂ ਨਾਲ ਲੁੱਟ ਕਰਦੀ ਹੈ ਉਹ ਤੁਹਾਨੂੰ ਦਿਖਾ ਰਿਹਾ ਤੁਹਾਡੇ ਸਾਹਮਣੇ ਆਹ ਜੇਬ ਚੋਂ ਕੱਢ ਕੇ ਪੈਸੇ ਆ ਰੱਖਦੇ ਆ ਆਹ ਮੈਰਿਜ ਸਰਟੀਫਿਕੇਟ ਦੇ ਕਾਗਜ਼ ਸਿਆ ਪੈਸੇ ਕੱਢੇ ਜੇਬ ਚੋਂ जिन्होंने मैरिज सर्टिफिकेट बनवा और मैरिज सर्टिफिकेट के आज किन्नी 2025 रुपए सरकारी फीस ਹੁੰਦੀ ਹੈ ਔਰ 10,000 ਰੁਪਏ ਤੂੰ ਆਪਦੀ ਜੇਬ ਚ ਪਾ ਰਿਹਾ ਮੈਰੀ ਸੈਟਰ ਨੂੰ ਮੈਂ ਪੈਸੇ ਜੇਬ ਤੇ ਕੋਈ ਇਹ ਕਾਹਦੇ ਪੈਸੇ ਪਾਏ ਆ ਦੱਸੋ ਕੱਢੋ ਲਿਖ ਕੇ ਪਾਏ ਆ ਸਾਡੇ ਸਾਹਮਣੇ ਇਹਨੇ ਜੇਬ ਚ ਪੈਸੇ ਕਿਤੇ ਪੈਸੇ ਪਾਏ ਨਹੀਂ ਮੈਨੂੰ ਕਹਿ ਤਾਂ ਰਿਹਾ ਵਾ ਆ ਲਾਇਓ ਕਿੰਨੇ ਕਿੰਨੇ ਦੱਸੇ ਦਿਖਾ ਦੋ ਕਰਾਂਗੇ ਜੀ ਆ ਨੰਬਰ ਮੈਚ ਕਰੋ ਜਰਾ ਜੀ ਪੈਸੇ ਕਿੰਨੇ ਕੋਈ ਨਹੀਂ ਲਾ ਦੋ ਤੇ ਕੈਮਰੇ ਦੇ ਉੱਪਰ ਤੇਰੀ ਜੇਬ ਚ ਪੈਸੇ ਕੱਢੇ 841 ਵਾਲਾ ਕਰਨਾ गरीब बंदा इतने आ जाता पैसे की मांग करते हो किसी को 50,000 किसी को 40,000 किसी को 10,000 किसी को 20,000 आ शर्म कर तेरी जेब चो पैसे कटे हम तेरी 20,000 तुम फड़ा के ना तेरे अंदर पटे पाए दसी मैंने अंदर लेके जाऊंगा तेन खजल और इतने बैठे भाई साहब सारे इतने बैठे कम करते हो जे नहीं काम करते पैसे लेके काम करते हो तेन शर्म होनी चाहिए आ हुण तेरे जेब चो 8,000 रुपए तेरी जेब चो कढ़िया तेरी जेब चो पैसे कढ़े ऑन रिकॉर्ड कैमरे ऑन रिकॉर्ड कैमरे तेरी जेब चो पैसे कढ़े तेन शर्म होनी चाहिए और ठग कंपनी जिहड़ी डॉक्टर आई टी कंपनी सारे पंजाब दे विच इहनां कोल ठेका है और सारे पंजाब दे विच किवें लोकां दा खज्जल खराबी करदे आ हुण भी देखो किन्ने लोक इत्थे खड़े आ सवेर दे लाइनां 'च खड़दे साडे कोल लोक आउंदे आ वी साडे तों कम कराउण दे पैसे मंगदे आ इह लोक आ हुण 8,000 रुपए इक मैरिज सर्टिफिकेट बनाउण दा जिहड़ा इस वीर ने लिया और उहदा सबूत आ जेब 'चों कड्डे होए पैसे ते आ जिहड़ा साडे कोल प्रिंट जिहड़े नोटां दे सो अज इहनूं विजिलेंस कोल फड़ा के और इहदे कोल होर जिन्ने ने पैसे ले आ वीर ते वीर ने ਜਿਨ੍ਹਾਂ ਲੋਕਾਂ ਤੋਂ ਲਿਆ ਬਹੁਤ ਸਾਰੇ ਲੋਕ ਸਾਡੇ ਕੋਲ ਆਏ ਆ ਤੈਨੂੰ ਸ਼ਰਿਆਮ ਤਾਂ ਫੜਿਆ ਅੱਜ ਬਹੁਤ ਲੋਕ ਸਾਡੇ ਕੋਲ ਆਏ ਜਿਹਨੇ ਤੂੰ ਪੈਸੇ ਲੈਣਾ ਔਰ ਇਹਨੂੰ ਵੀਲੈਂਸ ਨੂੰ ਫੜਾ ਕੇ ਇਹਦੇ ਪਰਚਾ ਦਰਜ ਕਰਾ ਕੇ ਇਹਨਾਂ ਦੀ ਕੰਪਨੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਉਹਨੂੰ ਇੱਥੇ ਭਜਾਵਾਂਗੇ ਔਰ ਇਹੋ ਜਿਹੇ ਠੱਗ ਲੋਕਾਂ ਦਾ ਅਸੀਂ ਪਰਦਾਫਾਸ਼ ਕਰਦੇ ਰਹਾਂਗੇ ਲੋਕ ਇਨਸਾਫ਼ ਪਾਰਟੀ ਦਾ ਕੰਮ ਆ ਵੀ 117 ਦੀ ਕਸਮ ਆ ਭ੍ਰਿਸ਼ਟਾਚਾਰ ਨਹੀਂ ਖਤਮ ਕਰਨਾ ਹੈ ਔਰ ਅਸੀਂ ਖਤਮ ਕਰਕੇ ਕਾਕਾ ਜਾਵਾਂਗੇ ਫਿਰ ਕਰਾਂਗੇ ਨਹੀਂ ਸ਼ਰਮ ਨਹੀਂ ਆਉਂਦੀ ਔਰ ਗਰੀਬਾਂ ਦੇ ਲੋਕਾਂ ਤੋਂ ਪੈਸੇ ਲੈਣਾ ਸ਼ਰਮ ਨਹੀਂ ਆਉਂਦੀ शर्म होनी चाहिए हूं भी कही मैं अपनी जेब च मैं पैसे नहीं पाए धक्के ना पाया हले भी शर्म कैमरे भी कैमरे सामने तू जेब च पैसे हले भी शर्म कर ला हले भी कर ला बैंस भी देख रहे लाई बैठे
ਉੱਧਰ ਬੈਠੇ ਕੋਟ ਮੰਗਲ ਦੇ ਵੀ ਲਾਈਵ ਚੱਲਦਾ ਸਿਮਰਜੀਤ ਸਿੰਘ ਬੈਂਸ ਉੱਧਰ ਬੈਠੇ ਦੇਖਦੇ ਆ ਆ ਸਾਡੇ ਪਿੰਡਾਂ ਦੇ ਲੋਕ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਆ ਤਾਂ ਮਤਲਬ ਹਲਕੇ ਦੇ ਲੋਕ ਤੁਹਾਡੇ ਕੋਲ ਇੰਨਾ ਖੱਜਲ ਕਰਦੇ ਇੰਨਾ ਖੱਜਲ ਕਰਦੇ ਉਹਨਾਂ ਨੂੰ ਆਪ ਹੀ ਆ ਕੇ ਗਏ ਨੇ ਇੱਥੇ ਬੈਂਸ ਬੈਠੇ ਲਾਈਵ ਦੇਖਦੇ ਆ ਹੁਣ ਦੱਸ ਬੈਂਸ ਸਾਨੂੰ ਬੈਂਸਾਂ ਮਾਫ ਕਰਨਗੇ ਕੀ ਕਰਨਾ ਕਿ ਭਾਈ ਸਾਹਿਬ ਦੇਖ ਲੋ ਇੱਕ ਮਹੀਨਾ ਹੋ ਗਿਆ ਸਾਨੂੰ ਵਿਸ਼ੇ ਲੱਗੇ ਇੱਕ ਇਹ ਇੱਕ ਹੋਰ ਉਹ ਵੀ ਕੁੱਪੜ ਫੜਨਾ ਸੀ ਇੱਥੇ ਬੁਲਾ ਕੇ ਲੋਕਾਂ ਦਾ ਇੱਡਾ ਖੱਜਰ ਬਣਾਉਂਦੇ ਸੀ ਇਹ ਕਈ ਵਾਰੀ ਬੱਚਿਆਂ ਨੂੰ ਫੜਕਾਂ ਨੂੰ ਜਾਂ ਕਾਹਨੂੰ ਕਰਨਾ ਤਾਂ ਹੁਣ ਕੋਈ ਕਾਗਜ਼ 'ਚ ਕਮੀ ਨਹੀਂ ਕੋਈ ਜਾਂ ਕਮੀ ਵੀ ਹੋਵੇ ਮੈਂ ਕਹਿੰਦਾ ਕਮੀ ਪੂਰੀ ਹੋ ਜਾਂਦੀ ਹੈ ਤਾਂ ਮੈਰਿਜ ਸਰਟੀਫਿਕੇਟ ਮਹੀਨਾ ਡੇਢ ਮਹੀਨਾ ਹੋਇਆ ਵਿਆਹ ਹੋਵੇ ਤੇ ਉਹਦੇ ਪੈਸੇ ਆ ਭਾਈ ਸਾਹਿਬ ਲੈ ਰਹੇ ਇਹਦੇ ਨੱਕ ਹੁਣ ਇੰਚਾਰਜ ਇਹੀ ਨਹੀਂ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆ ਇੰਨੇ ਲੋਕ ਆ ਖੜੇ ਇੱਥੇ ਸਵੇਰੇ ਆਏ ਨੇ ਸ਼ਾਮ ਤੱਕ ਇਹਨਾਂ ਨੂੰ ਪੁੱਛਣਾ ਕਿੰਨੇ ਤੋਂ ਕਰ ਲੈਣ ਕਰ ਲਿਆ ਜਿੰਨੇ ਪਿੱਛੇ ਖੜੇ ਆ ਲੋਕ ਸ਼ਰਮ ਨਹੀਂ ਆ ਸੈਟੀਸਫਾਈ ਨੇ ਸਾਰੇ ਲੋਕ ਵੀ ਭਾਈ ਸਾਹਿਬ ਜਿਹੜੇ ਬੰਦੇ ਇੱਥੇ ਖੜੇ ਆ ਜਿਨ੍ਹਾਂ ਤੋਂ ਆਪ ਜਿਨ੍ਹਾਂ ਨੇ ਪੈਸੇ ਮੰਗੇ ਆ ਵੱਧ ਡਿਮਾਂਡ ਕਰਦਾ ਉਹ ਵੀ ਸਾਨੂੰ ਦੱਸੋ ਨਾਲ ਜੇ ਬਿਜਲੀ ਦਫ਼ਤਰ ਆ ਉਹਦੇ ਵੀ ਕਿਸੇ ਨਾ ਕਿਸੇ ਕੇਂਦਰ ਉਧਰ ਵੀ ਇਹੀ ਹਾਲ ਆ ਜਿੱਧਰ ਸਾਰੇ ਇਹੀ ਹਾਲ ਆ ਇਹ ਹੁਣ ਕਹਿੰਦਾ ਮੈਨੂੰ ਗਲਤੀ ਹੋ ਗਈ ਹੁਣ ਥੋੜੀ ਦੇਰ ਪਹਿਲਾਂ ਕਹਿੰਦਾ ਸੀ ਮੈਂ ਪੈਸੇ ਨਹੀਂ ਲਏ ਧੱਕੇ ਨਾਲ ਪਾਇਆ ਹੁਣ ਕਹਿੰਦਾ ਮੈਂ ਗਲਤੀ ਹੋ ਗਈ ਮੈਂ ਤੁਹਾਨੂੰ ਗਲਤੀ ਕਾਹਲੀ ਮੰਗੀ ਆ ਤੇ ਗਲਤੀ ਕਿਉਂ ਮੰਨਦਾ ਹਾਂ ਮੰਨ ਗਲਤੀ ਸੰਪਰਕ ਕਰੋ ਜਿੱਥੇ ਤੁਹਾਡੇ ਤੋਂ ਪੈਸੇ ਮੰਗਦੇ ਸਾਡੇ ਨਾਲ ਸੰਪਰਕ ਕਰੋ ਅਸੀਂ ਆ ਕੇ ਰੰਗੇ ਇੱਥੇ ਖੜਾਂਗੇ ਜਿਹੜਾ ਕੰਮ ਵਿਜੀਲੈਂਸ ਹੁੰਦਾ ਨਾ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਆ ਤੁਹਾਡੀ ਡਾਕਟਰ ਆਈਟੀ ਕੰਪਨੀ ਜਿਹੜੀ ਪ੍ਰਾਈਵੇਟ ਕੰਪਨੀਆਂ ਕਿਵੇਂ ਲੁੱਟ ਕਰ ਰਹੀਆਂ ਲੋਕਾਂ ਦੀਆਂ ਸ਼ਰਮ ਹੋਣੀ ਚਾਹੀਦੀ ਇਸ ਕੰਪਨੀ ਨੂੰ ਵੀ ਉਹਦਾ ਠੇਕਾ ਖਰਜ ਹੋਣਾ ਚਾਹੀਦਾ ਆ ਜਿਹੜੇ ਹੋਰ ਹੈਗੇ ਲਾਓ ਉਹਨਾਂ ਨੂੰ ਜੀ ਹੁਣ ਪੈਸੇ ਜਿਹੜਾ ਅੰਦਰ ਇੰਚਾਰਜ ਹੈ ਨਾਲ ਪਵਨ ਉਹਨੇ ਗਲਤੀ ਮੰਨ ਕੇ ਆ ਪੈਸੇ ਮੋੜ ਰਿਹਾ ਵੀ ਮੈਂ ਗਲਤੀ ਕਰ ਲਈ ਮੈਨੂੰ ਗਲਤੀ ਹੋਊਗੀ ਅੱਜ ਤੋਂ ਬਾਅਦ ਮੈਨੂੰ ਮਾਫ਼ ਕੀਤਾ ਜਾਵੇ ਮੈਂ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰੂੰਗਾ ਪਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਡਾਕਟਰ ਆਈਟੀ ਕੰਪਨੀ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਖਾਸ ਤੌਰ ਤੇ ਜਿਨ੍ਹਾਂ ਕੋਲ ਸਾਰੇ ਪੰਜਾਬ ਦੇ ਵਿੱਚ ਠੇਕਾ ਆ ਆਹ ਜਿਹੜਾ ਸਰਟੀਫਿਕੇਟ ਬਣਾਉਣ ਦਾ ਆਧਾਰ ਕਾਰਡ ਬਣਾਉਣ ਦਾ ਇੱਥੇ ਮੌਤ ਸਰਟੀਫਿਕੇਟ ਬਣਦਾ ਜਨਮ ਸਰਟੀਫਿਕੇਟ ਬਣਦਾ ਉਹਨਾਂ ਦਾ ਠੇਕਾ ਇਹਨਾਂ ਕੋਲ ਆ ਜੇ ਤੁਹਾਡੀਆਂ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਜੇ ਇੱਦਾਂ ਰਿਸ਼ਵਤ ਲੈ ਕੇ ਕੰਮ ਚਲਾਉਣਗੀਆਂ ਤਾਂ ਆਮ ਲੋਕ ਕਿੱਧਰ ਜਾਣਗੇ ਅੱਜ ਆਮ ਲੋਕ ਪਹਿਲਾਂ ਹੀ ਇੰਨੇ ਪ੍ਰੋਬਲਮ ਦੇ ਵਿੱਚ ਚੱਲ ਰਹੀ ਆ ਇੰਨੀ ਸਮੱਸਿਆਵਾਂ ਚੱਲ ਰਹੀਆਂ ਲੋਕਾਂ ਦੀਆਂ ਕੋਰੋਨਾ ਚੋਂ ਨਹੀਂ ਲੋਕ ਉੱਠ ਸਕੇ ਅੱਜ ਤੁਸੀਂ ਮੈਰਿਜ ਸਰਟੀਫਿਕੇਟ ਬਣਾਉਣ ਦੇ ਪੈਸੇ ਸਿਰਫ 10,000 ਰੁਪਏ ਸ਼ਰਮ ਆਉਣੀ ਚਾਹੀਦੀ ਅੱਜ ਆਹ ਸਾਡਾ ਦੋਸਤ ਆ ਹੈਪੀ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਪੈਸੇ ਮੰਗ ਰਹੇ ਅੱਜ ਪੈਸੇ ਇਹਨਾਂ ਨੇ ਮੁੜਵਾ ਰਹੇ ਆ ਔਰ ਜਿਹੜੀ ਸਰਕਾਰੀ ਫੀਸ ਆ ਉਹਦੇ ਉੱਪਰ ਕੰਮ ਕਰਾਇਆ ਜਾਵੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਵੀ ਤੁਹਾਡੇ ਤੋਂ ਜੇ ਕੋਈ ਪੈਸੇ ਮੰਗਦਾ ਸਾਡੇ ਨਾਲ ਸੰਪਰਕ ਕਰੋ ਕੋਈ ਪੈਸਾ ਸਰਕਾਰੀ ਫੀਸ ਤੋਂ ਇਲਾਵਾ ਕੋਈ ਪੈਸਾ ਦੁੱਕੀ ਨਹੀਂ ਦੇਣੀ ਕਿਸੇ ਨੇ ਜੇ ਕੋਈ ਤੁਹਾਨੂੰ ਤੰਗ ਕਰਦਾ ਤੁਸੀਂ ਮੇਰੇ ਨਾਲ ਸੰਪਰਕ ਕਰੋ ਤੰਗ ਕਰਦਾ ਸਾਡਾ ਦਫ਼ਤਰ ਨਾਲ ਲੋਕ ਇਨਸਾਫ਼ ਪਾਰਟੀ ਦਾ ਸਰਦਾਰ ਸਿਮਰਜੀਤ ਸਿੰਘ ਬੈਂਸ ਦਫ਼ਤਰ ਹੈ ਉਹਦੇ ਜਿੱਥੇ ਸਾਡੇ ਕੋਲ ਆਓ ਆਪਣੀ ਸਮੱਸਿਆਵਾਂ ਸਾਨੂੰ ਜ਼ਰੂਰ ਦੱਸੋ।